ਸਮਰਾਲਾ ਦੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਨਵੇਂ ਬਣੇ ਦਫਤਰ ਜਿਸ ਨੂੰ ਬਾਕੀ ਭਵਨ ਦਾ ਨਾਮ ਦਿੱਤਾ ਗਿਆ ਹੈ, ਜਿਸ ਦੀ ਇਮਾਰਤ ਉਦਘਾਟਨ ਸਮਰਾਲਾ ਦੇ ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਨੀਂਹ ਪੱਥਰ ਤੋਂ ਪਰਦਾ ਉਠਾ ਕੇ ਕੀਤਾ। ਇਸ ਮੌਕੇ ਕਰਵਾਏ ਸਮਾਗਮ ਦੌਰਾਨ ਬਤੌਰ ਮੁੱਖ ਮਹਿਮਾਨ ਜਗਤਾਰ ਸਿੰਘ ਦਿਆਲਪੁਰਾ, ਹਲਕਾ ਵਿਧਾਇਕ ਬਲਬੀਰ ਸਿੰਘ ਰਾਜੇਵਾਲ ਪ੍ਰਧਾਨ ਬੀ ਕੇ ਯੂ, ਆਲਮਦੀਪ ਸਿੰਘ ਮਲ ਮਾਜਰਾ ਪ੍ਰਧਾਨ ਆੜਤੀਆ ਐਸੋ, ਡਾਕਟਰ ਤਾਰਿਕ ਜੋਤ ਸਿੰਘ SMO ਸਿਵਲ ਹਸਪਤਾਲ ਸਮਰਾਲਾ, ਦਵਿੰਦਰ ਸਿੰਘ ਜਟਾਣਾ ਕਾਮਰੇਡ ਰਸ਼ਪਾਲ ਸਿੰਘ ਨੇ ਸ਼ਿਰਕਤ ਕੀਤੀ। ਇਸ ਮੌਕੇ ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਮੇਰੇ ਹਲਕੇ ਦੀ ਇਹ ਪਹਿਲੀ ਸੰਸਥਾ ਹੈ ਜਿਸ ਨੇ ਪਿਛਲੇ 25 ਸਾਲਾਂ ਤੋਂ ਆਮ ਲੋਕਾਂ ਦੇ ਹੱਕਾਂ ਲਈ ਲੜਾਈ ਲੜ ਰਹੀ ਹੈ ਅਤੇ ਭ੍ਰਿਸ਼ਟ ਹੋ ਚੁੱਕੇ ਸਰਕਾਰੀ ਤੰਤਰ ਵਿਰੁੱਧ ਝੰਡਾ ਬੁਲੰਦ ਕੀਤਾ ਹੋਇਆ ਹੈ। ਮੈਂ ਵੀ ਇਸੇ ਫਰੰਟ ਵੱਲੋਂ ਕੀਤੇ ਗਏ ਸੰਘਰਸ਼ਾਂ ਤੋਂ ਸੇਧ ਲੈ ਕੇ ਅੱਜ ਲੋਕਾਂ ਦਾ ਨੁਮਾਇੰਦਾ ਬਣਿਆ ਹਾਂ। ਅੱਗੇ ਤੋਂ ਵੀ ਫਰੰਟ ਦੀ ਹਰ ਮਦਦ ਲਈ ਹਮੇਸ਼ਾ ਤਿਆਰ ਹਾਂ। ਰਿਪੋਰਟ ਜਨ ਕਲਿਆਣ TV ਪੱਤਰਕਾਰ ਹਨੀਸ਼ ਕੌਸ਼ਲ ਸਮਰਾਲਾ। ਅਵਤਾਰ ਸਿੰਘ ਘੋਟਾਲਾ। ਅਵਤਾਰ ਸਿੰਘ ਜੀ, ਅੱਜ ਐਂਟੀ ਕਰਪਸ਼ਨ ਬਿਊਰੋ ਦਾ ਦਫ਼ਤਰ ਦਾ ਉਦਘਾਟਨ ਕੀਤਾ ਗਿਆ ਵਾ, ਕੀ ਕਹਿਣਾ ਚਾਹੁੰਦੇ ਹੋ? ਅਸੀਂ ਤਾਂ ਜੀ ਇਹ ਸਾਰੇ ਜਿਹੜੇ ਫਰੰਟ ਵੱਲੋਂ, ਸਮੂਹ ਫਰੰਟ ਵੱਲੋਂ ਸਾਡੀ ਬਹੁਤ ਚਿਰ ਦੀ ਇੱਕ ਮੰਗ ਸੀਗੀ ਵੀ ਐਂਟੀ ਕਰਪਸ਼ਨ ਸਮਰਾਲਾ ਜਿਹੜੀ ਭ੍ਰਿਸ਼ਟਾਚਾਰ ਦੇ ਵਿਰੁੱਧ ਕੰਮ ਕਰ ਰਹੀ ਹੈ ਕਿੰਨਿਆਂ ਸਾਲਾਂ ਤੋਂ, ਬਹੁਤ ਸਾਰੇ ਕੇਸ ਨੇ ਸੋਲਵ ਕੀਤੇ ਨੇ, ਜਿਵੇਂ ਲੜਕੀਆਂ ਦਾ ਜਿਹਨਾਂ ਦਾ ਛੱਡ ਛੜਿਆ ਜਾਂ ਹੋਰ ਵੀ ਕਿਸੇ ਨਾਲ ਧੱਕਾ ਹੋਇਆ, ਉਹਦੇ ਬੈਠਣ ਨੂੰ ਕੋਈ ਜਗ੍ਹਾ ਨਹੀਂ ਸੀ। ਸਮਰਾਲੇ ਦੇ ਵਿੱਚ ਤਕਰੀਬਨ 1954-55 ਚੋਂ 40-45 ਸੰਸਥਾਵਾਂ ਨੇ, ਉਹਨਾਂ ਨੂੰ ਕੋਈ ਬੈਠਣ ਨੂੰ ਜਗ੍ਹਾ ਨਹੀਂ। ਇਹ ਤਾਂ ਸਾਡੇ ਉੱਤੇ ਇਹ ਬਾਗੀ ਪਰਿਵਾਰ ਜਾਂ ਸਵਰਗੀ ਮਹਿਮਾ ਸਿੰਘ ਕੰਗ ਉਹਨਾਂ ਦੀ ਅਪਾਰ ਕਿਰਪਾ ਹੋਈ ਹੈ ਕਿ ਸਾਨੂੰ ਉਹਨਾਂ ਨੇ ਇਹ ਆਲਣਾ ਬਣਾਉਣ ਲਈ ਜਗ੍ਹਾ ਦਿੱਤੀ, ਪਰ ਇਹਦੇ ਲਈ ਬਹੁਤ ਸਾਰੀਆਂ ਸਾਨੂੰ ਉਡੀਕੇ ਆਏ। ਮੌਜੂਦਾ MLA ਜਗਤਾਰ ਸਿੰਘ ਨੇ ਸਾਡੀ ਬਾਂਹ ਫੜੀ ਹੈ, ਉਹਨਾਂ ਦੇ ਬਦੌਲਤ ਸਾਡਾ ਦਫ਼ਤਰ ਅੱਜ ਬਣ ਰਿਹਾ ਹੈ, ਔਰ ਸਮਰਾਲੇ ਦੇ ਵਿੱਚ ਇੱਕ ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਨੇ ਉਹਨਾਂ ਲਈ ਯਾਦਗਾਰ ਹੋਊਗੀ ਵੀ ਕੋਈ ਬੰਦਾ ਇਹ ਕੰਮ ਕਰ ਗਿਆ ਸੀ, ਕੋਈ ਪਰਿਵਾਰ ਇਹ ਕੰਮ ਕਰ ਗਿਆ ਸੀ। ਸਾਡਾ ਸਮੁੱਚਾ ਫਰੰਟ ਜਿੱਥੇ ਉਹਨਾਂ ਦਾ ਦਿਲੋਂ ਰਿਣੀ ਹੈ, ਔਰ ਨਾਲ ਉਹਨਾਂ ਦਾ ਇਸ ਗੱਲੋਂ ਧੰਨਵਾਦ ਕਰਦਾ ਕਿ ਤੁਸੀਂ ਸਮਰਾਲੇ ਦੇ ਵਿੱਚ ਕਿ ਬਾਗੀ ਭਵਨ ਬਣਾ ਕੇ ਐਡੀ ਬੜੀ ਸੰਸਥਾ ਦੇ ਲਈ ਬੈਠਣ ਲਈ ਇੱਕ ਆਲਣਾ ਬਣਾ। ਇੱਥੇ ਸਾਡੇ ਬਾਨੀ ਜਿਹੜੇ ਫਰੰਟ ਦੇ ਕਮਾਂਡਰ ਰਸ਼ਪਾਲ ਸਿੰਘ, ਉਹਨਾਂ ਦੀ ਕਮਾਂਡ ਥੱਲੇ ਸਾਡੀ ਸੰਸਥਾ ਨੇ ਨਾ ਬਹੁਤ ਸਾਰੀਆਂ ਸਭਾਵਾਂ ਹੈ ਜਿਹੜੀਆਂ ਇੱਥੇ ਸਮਾਜ ਦੇ ਵਿੱਚ ਬੁਰਾਈਆਂ ਨੇ ਉਹਨਾਂ ਦੇ ਖਿਲਾਫ਼ ਦੱਬ ਕੇ ਆਵਾਜ਼ ਉਠਾਈ ਆ, ਦੱਬ ਕੇ ਪਹਿਰਾ ਦਿੱਤਾ। ਬਹੁਤ ਸਾਰੇ ਜਿਵੇਂ ਕਿਸੇ ਨਾਲ ਕੋਈ ਠੱਗੀ ਹੋ ਗਈ ਜਾਂ ਕਿਸੇ ਨਾਲ ਕੋਈ ਧੱਕਾ ਹੋ ਗਿਆ, ਸਾਡੀ ਹਾਂ ਤਕਰੀਬਨ 1 ਕਰੋੜ ਦੇ 58 ਲੱਖ ਦੇ ਜਿਹੜੇ ਲੋਕਾਂ ਦੇ ਪੈਸੇ ਦੱਬੇ ਹੋਏ ਸੀ, ਸਾਡੀ ਇਹ ਸੰਸਥਾ ਨੇ ਵਾਪਸ ਕਰਵਾਏ। ਔਰ 1100-1200 ਦੇ ਕਰੀਬ ਲੜਕੀਆਂ ਦਾ ਜਿਨ੍ਹਾਂ ਦਾ ਇਸ ਟਾਈਮ ਬਿਲਕੁਲ ਛੱਡ ਛਿਜਿਆ ਸੀ, ਉਹਨਾਂ ਨੂੰ ਸਮਝਾ ਬੁਝਾ ਕੇ ਪਰਿਵਾਰਾਂ ਨੂੰ ਉਹਨਾਂ ਨੂੰ ਘਰ ਤੋਰਿਆ। ਇੱਕ ਫਰੰਟ ਦੀ ਬਹੁਤ ਵੱਡੀ ਹੈ। ਕਿੰਨੇ ਮੈਂਬਰ ਨੇ ਕਮੇਟੀ ਦੇ? ਸਾਡੇ ਤਕਰੀਬਨ 50 ਦੇ ਕਰੀਬ ਮੈਂਬਰ ਨੇ ਜਿਹੜੇ ਐਕਟਿਵ ਨੇ, ਬਾਕੀ ਉਹਨਾਂ ਦੇ ਵਿੱਚ 10-12 ਜਿਹੜੇ ਇਹੋ ਜਿਹੇ ਸੇਵਾਦਾਰ ਨੇ, ਇੰਨੇ ਡੈਲੀਗੇਟ ਨੇ ਉਹ ਬਿਨਾਂ ਕਿਸੇ ਕੋਈ ਵੀ ਉਹਨਾਂ ਦਾ ਸਾਰਾ ਕੋਈ ਆਪਣਾ ਪਰਿਵਾਰ ਕੰਮ ਵੀ ਛੱਡ ਕੇ ਇੱਥੇ ਰੋਜ਼ਾਨਾ ਡੇਲੀ ਆਉਂਦੇ ਆ, ਇੱਥੇ ਸੇਵਾ ਕਰਦੇ ਆ, ਲੋਕਾਂ ਦੀਆਂ ਦੁੱਖ ਤਕਲੀਫਾਂ ਸੁਣਦੇ ਨੇ, ਔਰ ਉਹਨਾਂ ਨੂੰ ਬਣਦਾ ਜੇ ਟਾਈਮ ਦੇ ਕੇ ਉਹਨਾਂ ਦੇ ਮਸਲੇ ਹੱਲ ਕਰਦੇ। ਜੇ ਕਿਸੇ ਨੇ ਤੁਹਾਡੇ ਨਾਲ ਸੰਪਰਕ ਕਰਨਾ ਹੋਵੇ ਤਾਂ ਕਿਸ ਤਰ੍ਹਾਂ? ਸਾਡਾ ਜੀ ਸਾਡਾ ਦਫ਼ਤਰ ਜਿਹੜਾ 11 ਵਜੇ ਤੋਂ ਲੈ ਕੇ 2 ਵਜੇ ਤੱਕ
ਬਜਾਏ ਐਤਵਾਰ ਦੇ ਹਰ ਇੱਕ ਦਿਨ ਖੁੱਲ੍ਹਿਆ, ਇੱਥੇ ਸਾਡੇ ਦਫ਼ਤਰ ਦੇ ਵਿੱਚ ਆ ਕੇ ਸੰਪਰਕ ਕਰ ਸਕਦਾ ਸੈਕਟਰੀ ਸਾਹਿਬ ਨਾਲ। ਉਹਨਾਂ ਦੀ ਜਿਹੜੀ ਸਮੱਸਿਆ ਜਦੋਂ ਲਿਖ ਲਈ ਜਾਂਦੀ ਹੈ, ਉਹਨਾਂ ਨੂੰ ਟਾਈਮ ਦਿੱਤਾ ਜਾਂਦਾ ਵੀ ਭਾਈ ਇਸ ਦਿਨ ਆਓ, ਦੋਨੋਂ ਪਾਰਟੀਆਂ ਨੂੰ ਬੁਲਾ ਕੇ ਅਸੀਂ ਉਹਨਾਂ ਦਾ ਕੰਪਰੋਮਾਈਜ਼, ਯਾਨੀ ਕੋਸ਼ਿਸ਼ ਕਰੀਏ ਵੀ ਉਹਨਾਂ ਦਾ ਕੰਪਰੋਮਾਈਜ਼ ਹੀ ਹੋ ਜਾਵੇ ਵੀ ਹੋਰ ਕਿਤੇ ਨਾ ਜਾਵੇ। ਸਾਡਾ ਅੱਜ ਦਾ ਜਿਹੜੇ ਮੁੱਖ ਮਹਿਮਾਨ ਨੇ ਇੱਥੋਂ ਦੇ ਹਲਕਾ ਵਿਧਾਇਕ ਸਰਦਾਰ ਜਗਤਾਰ ਸਿੰਘ, ਮੈਂ ਤਾਂ ਕਹੂੰ ਵੀ ਜੈਂਟਲਮੈਨ MLA ਨੌਜਵਾਨ ਜਿਹੜਿਆਂ ਨੇ ਸਾਡਾ ਇਹ ਕੰਮ ਕਰਾਇਆ, ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਉਹ ਸਾਡੇ ਮੁੱਖ ਮਹਿਮਾਨ ਨੇ, ਉਹਦੇ ਵਿੱਚ ਮਾਨਯੋਗ ਨਾਲ ਉਹਨਾਂ ਦੇ SDM ਸਾਹਿਬ ਵੀ ਨੂੰ ਵੀ ਮੰਗ ਪੱਤਰ ਸੱਦਾ ਪੱਤਾ, ਸਾਡਾ ਤਹਿਸੀਲਦਾਰ ਸਾਹਿਬ ਵੀ, ਦੋਨੋਂ ਨਾਇਬ CEO ਸਾਹਿਬ, ਸਾਰਿਆਂ ਨੂੰ ਸਾਨੂੰ ਜਿਹੜੀ ਇਹ ਜਗ੍ਹਾ ਵੀ ਦਿੱਤੀ ਆ, ਸਾਨੂੰ ਮਿਊਂਸੀਪਲ ਕਮੇਟੀ ਨੇ, ਸਾਰਿਆਂ ਨੂੰ ਵੱਧ ਅਸੀਂ ਧੰਨਵਾਦ ਕਰਦੇ ਹਾਂ। ਬਾਗੀ ਪਰਿਵਾਰ ਦਾ ਜਿਨ੍ਹਾਂ ਦੇ ਜਗ੍ਹਾ ਥੱਲੇ ਸੀ, ਉਹਨਾਂ ਨੇ ਬੜੀ ਦਲੇਰੀ ਦਿਖਾਈ, ਸਾਨੂੰ ਇਹ ਜਗ੍ਹਾ ਸਾਨੂੰ ਦਿੱਤੀ, ਜਿਹਦੇ ਕਰਕੇ ਅੱਜ ਮੈਂ ਕਹੂੰਗਾ ਵੀ ਜੇ ਅੱਜ ਦਾ ਜਿਹੜਾ ਉਦਘਾਟਨ ਹੋ ਰਿਹਾ ਜਾਂ ਇਹ ਬਿਲਡਿੰਗ ਦੀ ਉਸਾਰੀ ਹੋਈ ਆ, ਉਹ ਸਿਰਫ ਜਗਤਾਰ ਸਿੰਘ MLA ਦੇ ਕਾਰਨ ਹੋਈ ਹੈ। ਜਿਹੜਾ ਇਹ ਬਾਗੀ ਪਰਿਵਾਰ ਹੈ, ਸ਼ੁਰੂ ਤੋਂ ਹੀ ਕਾਮਰੇਡ ਪਰਿਵਾਰ ਰਿਹਾ, ਅਤੇ ਤੁਸੀਂ ਇਹਨਾਂ ਨੂੰ ਯਾਦ ਵੀ ਕੀਤਾ, ਕਿਸੇ ਤਰ੍ਹਾਂ ਇਹਨਾਂ ਨੂੰ ਬੁੱਤ ਵੀ ਲਗਾਇਆ ਗਿਆ, ਅਤੇ ਪਹਿਲਾਂ ਕਿਉਂ ਨਹੀਂ ਇਹਨਾਂ ਨੂੰ? ਦੇਖੋ ਜੀ, ਗੱਲ ਇਹ ਆ, ਜਿਹੜਾ ਪਹਿਲਾਂ ਤਾਂ ਹੀ ਗੱਲ ਹੁੰਦੀ ਆ, ਜਿਵੇਂ ਅਸੀਂ ਵੀ ਆ, ਮੈਂ ਵੀ ਇੱਕ ਨੌਜਵਾਨ ਸਭਾ 'ਤੇ 1972-73 ਤੋਂ ਨੌਜਵਾਨ ਸਭਾ ਤੋਂ ਕੰਮ ਸ਼ੁਰੂ ਕਰਿਆ। ਜਿਹੜੇ ਪਰਿਵਾਰਾਂ ਦੀ ਜਾਂ ਲਾਈਨ ਮਿਲਦੀ ਹੁੰਦੀ ਆ ਜਾਂ ਸੋਚ ਮਿਲਦੀ ਹੁੰਦੀ ਆ, ਤਾਂ ਹੀ ਉਹ ਬੰਦੇ ਹਰ ਇੱਕ ਪਾਸੇ ਨੂੰ ਜਾਂਦੇ ਨੇ। ਸਾਡਾ ਕਿਸੇ ਧਰਮ ਨਾਲ ਸੰਬੰਧ ਨਹੀਂ, ਸਾਡਾ ਕਿਸੇ ਜਾਤ ਨਾਲ ਸੰਬੰਧ ਨਹੀਂ, ਸਾਡਾ ਸੰਬੰਧ ਆ ਮਨੁੱਖਤਾ ਨਾਲ, ਵੀ ਅਸੀਂ ਮਨੁੱਖਤਾ ਦੀ ਸੇਵਾ ਕਰਨੀ ਆ। ਮਤਲਬ ਹਰ ਬੰਦਾ ਮਨੁੱਖ ਅੱਗੇ ਆ ਸਾਡੇ ਵਾਸਤੇ, ਜਿਵੇਂ ਬਾਬੇ ਨਾਨਕ ਨੇ ਕਿਹਾ ਵੀ ਸਭ ਤੋਂ ਉੱਚਾ, ਜੇ ਅਸੀਂ ਮਨੁੱਖ ਨੂੰ ਸਮਝਾਂਗੇ ਤਾਂ ਹੀ ਸਾਡਾ ਗੱਲ ਬਣਦੀ ਆ, ਹੋਰ ਸਾਡਾ ਕਿਸੇ ਜਾਤ ਪਾਤ ਨਾ ਕਿਸੇ ਧਰਮ ਨਾਲ ਨਹੀਂ। ਇਸੇ ਕਰਕੇ ਬਾਗੀ ਪਰਿਵਾਰ ਨਾਲ ਸਾਡੀ ਸੋਚ ਮਿਲਦੀ ਆ। ਜਿਵੇਂ ਸਾਡਾ ਅਸੀਂ ਗੱਲ ਕਰੀਏ, ਸਾਡਾ ਵੀ ਵੱਡਾ ਪਿੰਡ ਕੁਰਬਾਨੀ ਵਾਲਾ, ਜਿਵੇਂ ਸਾਡਾ ਬਾਬਾ ਸਾਰਾਗੜ੍ਹੀ ਦਾ ਸ਼ਹੀਦ ਬਾਬਾ ਸੁੱਧ ਸਿੰਘ, ਜਿਨ੍ਹਾਂ ਦਾ ਵੀ ਬਾਹਰ ਬੈਨਰ ਲੱਗਿਆ ਹੋਇਆ, 12 December 1897 ਨੂੰ ਉਹਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਆ। ਜਿਸ ਤਰ੍ਹਾਂ ਚਮਕੌਰ ਸਾਹਿਬ ਦੇ ਵਿੱਚ ਲੱਖਾਂ ਹਜ਼ਾਰਾਂ ਫੌਜਾਂ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਟਾਕਰਾ ਲਿਆ, ਆਪਣੇ ਬੱਚੇ ਵੀ ਸ਼ਹੀਦ ਕਰਾਏ, ਉਹ ਸਿਰਫ ਕਰਾਏ ਕਾਹਦੇ ਵਾਸਤੇ? ਸਾਡੇ ਵਾਸਤੇ, ਸਾਡੇ ਸਾਰੇ ਤੁਸੀਂ ਲੋਕਾਂ ਵਾਸਤੇ। ਕਿਸੇ ਉਹਨਾਂ ਨੇ ਆਪਣੀ ਨਿੱਜੀ ਜ਼ਿੰਦਗੀ ਵਾਸਤੇ ਜਾਂ ਨਿੱਜੀ ਜਾਇਦਾਦ ਵਾਸਤੇ ਨਹੀਂ ਸੀ ਕਰਾਏ, ਬਈ ਸਾਡਾ ਜਿਹੜਾ ਇਹ ਹਿੰਦੁਸਤਾਨ ਦੀ ਏਕਤਾ ਅਤੇ ਅਖੰਡਤਾ ਦੇ ਜਿਹੜਾ ਧਰਮ ਆ, ਹੋਰ ਵੀ ਤਾਂ ਸਾਡਾ ਹਿੰਦੂ ਧਰਮ ਆ, ਉਹ ਬਚਿਆ ਰਹੇ, ਉਹਦੇ ਵਾਸਤੇ ਉਹਨਾਂ ਨੇ ਸਾਰਾ ਕੁਛ ਸ਼ਹੀਦੀਆਂ ਵੀ ਦਿੱਤੀਆਂ। ਉਸੇ ਤਰ੍ਹਾਂ ਬਾਬਾ ਸੁੱਧ ਸਿੰਘ ਨੇ ਵੀ ਆਪਣੀ ਕੁਰਬਾਨੀ, 21 ਸਿੰਘਾਂ 'ਚ ਉਹ ਸੀਗੇ ਜਿਨ੍ਹਾਂ ਨੇ 10,00,000 ਫੌਜ ਦਾ ਮੁਕਾਬਲਾ ਕੀਤਾ। ਸ਼ਹੀਦੀ ਦੇਣੀ ਤਾਂ ਉਹਨਾਂ ਨੇ ਤੈਅ ਕਰ ਲਈ, ਪਰ ਆਪਣੇ ਹਥਿਆਰ ਨਹੀਂ ਸਿੱਟੇ। ਇਸੇ ਕਰਕੇ ਨਾ ਅਸੀਂ ਵੀ ਉਹਨਾਂ ਦੀ ਸੋਚ ਨੂੰ ਅੱਗੇ ਤੋਰਦੇ ਹੋਏ, ਇਹੀ ਆ ਵੀ ਸਾਡਾ ਵੀ ਅਸੀਂ ਮਨੁੱਖਤਾ ਦੀ ਸੇਵਾ ਵੱਧ ਤੋਂ ਵੱਧ ਕਰੀਏ। ਇੰਨੀ ਉਹ ਸਾਡੀ ਮੈਂ ਮਾਸਟਰ ਬਿਹਾਰ ਲਾਲ ਸਰਦੀ ਸੇਵਾ ਮੁਕਤ ਲੈਕਚਰਾਰ, ਅੱਜ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦਾ ਜਿਹੜਾ ਨਵਾਂ ਦਫ਼ਤਰ ਬਣਾਇਆ, ਕਾਮ ਜਗਜੀਤ ਸਿੰਘ ਬਾਗੀ ਦੇ ਪਰਿਵਾਰ ਨੇ 3 ਮਰਲੇ ਜਗ੍ਹਾ ਰਜਿਸਟਰੀ ਕਰਾ ਦਿੱਤੀ ਸੀਗੀ। ਕੰਮ ਕੰਧਾਂ ਦਾ ਉਸਾਰੀ ਹੋ ਗਿਆ, ਪਰ ਕਿਸੇ ਕਾਰਨਾਂ ਕਰਕੇ ਉਹ ਰੁਕ ਗਿਆ। ਹੁਣ ਪਿਛਲੇ 2 ਮਹੀਨਿਆਂ ਤੋਂ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਕਮਾਂਡਰ ਰਸ਼ਪਾਲ ਸਿੰਘ ਅਤੇ ਅਮਰੀਤ ਬਾਲਿਓ ਨੇ ਜਿਹੜੇ ਮੂਹਰੇ, ਬਾਕੀ ਮੈਂਬਰਾਂ ਵੀ ਨੇ, ਉਹਨਾਂ ਨੇ ਹਿੰਮਤ ਕਰਕੇ ਇੱਥੇ ਆਹ ਦਫ਼ਤਰ ਬਣਾਇਆ। ਉਦੋਂ ਪਹਿਲਾਂ ਬਾਗੀ ਸਾਹਿਬ ਦੇ ਦਾਮਾਦ ਦਵਿੰਦਰ ਸਿੰਘ ਨੇ ਉਹਨਾਂ ਦਾ ਜਿਹੜਾ ਬਸ ਸੀਗਾ ਉਹ ਸਥਾਪਿਤ ਕੀਤਾ ਸੀ। ਅੱਜ ਜਿਹੜਾ
ਇਹ ਦਫ਼ਤਰ ਦਾ ਉਦਘਾਟਨ ਹੋ ਰਿਹਾ ਅਤੇ ਸਾਰੇ ਇਲਾਕੇ ਦੇ ਵਿੱਚ ਉਹ ਸਾਰਿਆਂ ਨੂੰ ਬੇਨਤੀ ਕੀਤੀ ਗਈ ਹੈ ਕਿ ਨਵੇਂ ਦਫ਼ਤਰ ਦੇ ਵਿੱਚ ਆਓ ਅਤੇ ਜਿਹੜਾ 2006 ਤੋਂ ਦਫ਼ਤਰ ਖੋਲ੍ਹਿਆ ਸੀ ਕਮਾਂਡਰ ਰਸਪਾਲ ਸਿੰਘ ਪ੍ਰਧਾਨ ਹੁੰਦਾ ਸੀ, ਮਹਿਮਾਨ ਸਿੰਘ ਕੰਗ ਨਾਲ ਵਰਕਰ ਸੀਗਾ, ਉਹ ਅੱਜ ਰਾਸ ਆ ਗਈ ਸਾਡੀ ਕੋਸ਼ਿਸ਼ ਸ਼ਾਇਦ ਇਲਾਕੇ ਦੇ ਵਿੱਚ ਕੋਈ ਭ੍ਰਿਸ਼ਟਾਚਾਰ ਦੇ ਵਿਰੁੱਧ ਕੋਈ ਦਫ਼ਤਰ ਜਾਂ ਫਰੰਟ ਹੋ ਰਹੇ ਕੋਈ ਸੰਸਥਾ ਹੋਵੇ। ਇਹ ਇੱਕ ਨਵੇਕਲੀ ਸੰਸਥਾ ਹੈ ਜਿਹਦੇ ਸੇਲਰਸ ਬੰਦੇ ਨੇ ਜਿਹੜੇ ਭ੍ਰਿਸ਼ਟਾਚਾਰ ਦੇ ਖਿਲਾਫ਼ ਹੋਰ ਵੀ ਕਈ ਕਲਾ ਰਿਸ਼ਵਤਖੋਰੀ ਨਹੀਂ ਜਿਵੇਂ ਕਈ ਸਮਾਜਿਕ ਬੁਰਾਈਆਂ ਨੇ, ਡੌਰੀ ਸਿਸਟਮ ਹੈ ਜਿਵੇਂ ਦੂਜਾ ਜਿਹੜਾ ਭਰੂਣ ਹੱਤਿਆ ਹੈ ਜਾਂ ਧੱਕੇਸ਼ਾਹੀ ਹੈ, ਇਹ ਸਾਰੇ ਇਹ ਉਹਦੇ ਵਿਰੁੱਧ ਇਹ ਸੰਸਥਾ ਲੜ ਰਹੀ ਆ। ਹਾਂ, ਹੁਣ ਅੱਜ ਇਹਨਾਂ ਦਾ ਦਫ਼ਤਰ ਇੱਥੇ ਬਣ ਗਿਆ ਜਿਹਦਾ ਉਦਘਾਟਨ MLA ਸਾਹਿਬ ਸਾਡੇ ਹਲਕੇ ਦੇ ਆ ਰਹੇ ਨੇ। ਲੋਕ ਤੁਮ ਬੜੇ ਜੋਸ਼ ਦੇ ਨਾਲ ਇੱਥੇ ਆ ਰਹੇ ਨੇ। ਸਾਨੂੰ ਇਸ ਗੱਲ ਦੀ ਖੁਸ਼ੀ ਆ ਕਿ ਚੈਨਲ ਵਾਲੇ ਵੀ ਇਸ ਨੂੰ ਕਵਰ ਕਰ ਰਹੇ, ਹਾਈਲਾਈਟ ਕਰ ਰਹੇ ਨੇ। ਮੈਂ ਫਿਰ ਬੇਨਤੀ ਕਰਦਾ ਸਾਰਿਆਂ ਨੂੰ ਕਿ ਜਿੰਨੇ ਵੀ ਤੁਹਾਡੇ ਮਸਲੇ ਨੇ ਸਮਾਜ ਦੇ, ਕੋਈ ਵੀ ਮਸਲਾ, ਕੋਈ ਜ਼ਮੀਨੀ ਮਸਲਾ, ਘਰ ਦੀ ਲੜਾਈ ਦਾ ਮਸਲਾ ਜਾਂ ਹੋਰ ਸਮੱਸਿਆਵਾਂ ਨੇ, ਉਹ ਉਸੇ ਤਰ੍ਹਾਂ ਲੈ ਕੇ ਆਓ ਜਿਵੇਂ ਤੁਸੀਂ ਪਹਿਲਾਂ ਪੁਰਾਣੇ ਦਫ਼ਤਰਾਂ 'ਚ ਲੈ ਕੇ ਆਉਂਦੇ ਸੀ। ਸੋ ਫਿਰ ਮੈਂ ਦੁਬਾਰਾ ਕਹਿਣਾ ਕਿ ਬਾਗੀ ਸਾਹਿਬ ਦੇ ਪਰਿਵਾਰ ਨੇ ਜੋ 3 ਮਹਲੇ ਜਗ੍ਹਾ ਦਿੱਤੀ, ਉਹ ਦਾਨੀ ਪੁਰਸ਼ਾਂ ਨੇ, ਕਮਾਂਡਰ ਰਸਪਾਲ ਸਿੰਘ ਨੇ ਦਾਨੀ ਪੁਰਸ਼ਾਂ ਦੀ ਅਸੀਂ ਡਿਸਚਾਰਜ ਕੀਤੀ ਹੈ ਬੁੱਕਲੈਟ ਵਗੈਰਾ, ਔਰ ਬਾਨੀ ਜਿਹੜੇ ਮੈਂਬਰ ਨੇ ਸਾਰਿਆਂ ਦੇ ਫੋਟੋ ਲਾ ਕੇ ਸਜਾਤ ਹੈ। ਜਿਹਨੇ ਵੀ ਕੋਈ ਯੋਗਦਾਨ ਪਾਇਆ ਹੈ ਉਹਦੇ ਵਿੱਚ ਅਸੀਂ ਉਹਨਾਂ ਦੇ ਆਭਾਰੀ ਹਾਂ। ਹਾਂ, ਜਲਪੁਰਾ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਅਤੇ ਅੱਜ ਜਿਹੜਾ ਫਰੰਟ ਦਾ ਦਫ਼ਤਰ ਦਾ ਉਦਘਾਟਨ ਹੋਇਆ ਹੈ, ਇਹਦੇ ਵਿੱਚ ਤੁਹਾਡੀ ਕੀ ਭੂਮਿਕਾ ਰਹੀ? ਦੇਖੋ ਜੀ, ਮੈਂ ਤਾਂ ਜੋ ਮੇਰੀ ਜ਼ਿੰਮੇਵਾਰੀ ਬਣਦੀ ਆ, ਮੈਂ ਤਾਂ ਸਿਰਫ ਆਪਣੀ ਜ਼ਿੰਮੇਵਾਰੀ ਨਿਭਾਈ ਨੇ। ਜਿੱਥੇ ਮੈਨੂੰ ਉਹਨਾਂ ਨੇ ਲੋੜ ਪਈ ਆ ਉੱਥੇ ਸੰਬੰਧਿਤ ਘਰ ਨੂੰ ਇਹੀ ਕਿਹਾ ਵੀ ਜੋ ਵੀ ਕੰਮ ਆ ਛੇਤੀ ਛੇਤੀ ਕੀਤਾ ਜਾਵੇ। ਅਤੇ ਤੁਹਾਨੂੰ ਪਤਾ ਕਿ ਬਹੁਤ ਵੱਡੀ ਸੰਸਥਾ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਆ, ਜਿਹੜਾ ਬਹੁਤ ਲੰਬੇ ਟਾਈਮ ਤੋਂ ਆਪਣੀਆਂ ਸੇਵਾਵਾਂ ਸਮਰਾਲੇ ਦੇ ਲੋਕਾਂ ਲਈ ਦੇ ਰਿਹਾ। ਆਪਾਂ ਜੇ ਦੇਖੀਏ ਘਰੇਲੂ ਝਗੜਿਆਂ ਦੀ ਗੱਲ ਕਰੀਏ ਜਾਂ ਪਰਿਵਾਰਕ ਹੋਰ ਕੋਈ ਝਗੜੇ ਸੀਗੇ, ਉਹਨਾਂ ਵਿੱਚ ਜੋ ਬਣਦੀ ਭੂਮਿਕਾ ਇਹਨਾਂ ਨੇ ਨਿਭਾਈ ਆ ਬਹੁਤ ਸਰਾਹਨਾਯੋਗ ਆ। ਅਤੇ ਇੱਕ ਲੰਬੇ ਟਾਈਮ ਤੋਂ ਇਹ ਲੋਕਾਂ 'ਚ ਵਿਚਰਦੇ ਆ ਰਹੇ ਨੇ, ਅਤੇ ਮੈਂ ਤਾਂ ਮੁਬਾਰਕਬਾਦ ਦੇਣ ਆਇਆ ਇਹਨਾਂ ਨੂੰ ਵੀ ਅੱਜ ਜੋ ਇਹਨਾਂ ਦਾ ਆਪਣਾ ਉਦਘਾਟਨ ਹੋਇਆ ਇਸ ਦਫ਼ਤਰ ਦਾ, ਅਤੇ ਬਹੁਤ ਵਧੀਆ ਉਪਰਾਲੇ ਨੇ ਜੀ ਇਹਨਾਂ ਦੇ। ਇਹ ਜਿਹੜੀ ਸਾਈਟ ਸੀਗੀ, ਕੰਟਰੋਵਰਸੀਅਲ ਸਾਈਟ ਦੱਸੀ ਜਾਂਦੀ ਹੈ, ਇਹਦੇ ਵਿੱਚ ਤੁਸੀਂ ਕਿਵੇਂ? ਨਹੀਂ ਇਹ ਕੁਛ ਨਹੀਂ, ਇਹ ਬਾਗੀ ਪਰਿਵਾਰ ਦੀ ਜਗ੍ਹਾ ਹੈਗੀ ਆ ਜੋ ਵੀ ਹੈਗੀ ਆ, ਅਤੇ ਉਸ ਪਰਿਵਾਰ ਨੇ ਦਾਨ ਕੀਤੀ ਇਹਨਾਂ ਨੂੰ, ਅਤੇ ਵਧੀਆ ਲੱਗਿਆ ਸਭ ਕੁਛ ਦੇਖ ਕੇ ਵੀ ਇੱਕ ਪਰਿਵਾਰ ਵੱਲੋਂ ਵੀ ਮੈਂ ਧੰਨਵਾਦ ਕਰੂੰਗਾ ਬਾਕੀ ਪਰਿਵਾਰ। ਨਗਰ ਕੌਂਸਲ ਤੋਂ ਵੀ ਤੁਸੀਂ ਕੋਈ ਕਾਫੀ ਇਹਨਾਂ ਦੀ ਮਦਦ ਕੀਤੀ ਹੈ, ਇਹਦੇ ਬਾਰੇ ਕੀ? ਨਹੀਂ ਦੇਖੋ, ਆਮ ਹੀ ਗੱਲ ਹੈ, ਐਡੀ ਗੱਲ ਮੈਂ ਤਾਂ ਆਪਣੇ ਜੋ ਬਣਦੇ ਫਰਜ਼ ਨੇ ਉਹ ਨਿਭਾਏ ਨੇ, ਮੈਂ ਇਹਦੇ ਵੱਲੋਂ ਮੰਨ ਲਓ ਜੇ ਕੋਈ ਲੋੜ ਪੈਂਦੀ ਹੈ ਸੀਗੀ ਉਸ ਸੰਬੰਧਿਤ ਕੰਮ ਕੀਤੇ ਨੇ, ਹੋਰ ਕੁਛ ਨਹੀਂ ਹੈਗਾ। ਅਤੇ ਸੰਬੰਧਿਤ ਪਰਿਵਾਰ ਦਾ ਧੰਨਵਾਦ ਕਰਦਾ ਜਿਹਨੇ ਇਹ ਜਗ੍ਹਾ ਦਿੱਤੀ ਇਹਨਾਂ। ਸੋ ਦਿਆਲਪੁਰਾ ਸਾਹਿਬ ਦਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ। ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ TV ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ, ਤੇ ਨਾਲ ਹੀ ਬੈਲ ਆਈਕਨ ਵੀ ਆਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਵੀਂ ਤੋਂ ਨਵੀਂ ਕੋਈ ਨਿਊਜ਼ ਅਪਲੋਡ ਕਰੀਏ ਤਾਂ ਉਹਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ TV।